ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਸੰਜੀਤ ਸਿੰਘ ਰਿਹਲ ਵੀ ਦਾ ਹਵ ਇਮੀਗ੍ਰੇਸ਼ਨ ਤੋਂ ਔਰ ਇਹ ਵੀਡੀਓ ਦੋਸਤੋ ਉਹਨਾਂ ਲੋਕਾਂ ਵਾਸਤੇ ਬਹੁਤ ਇੰਪੋਰਟੈਂਟ ਹੈ ਜੋ ਲੋਕ ਕੈਨੇਡਾ ਆਰ ਐਨ ਆਈਪੀ ਪ੍ਰੋਗਰਾਮ ਦੇ ਤਹਿਤ ਬਾਹਰ ਜਾਣਾ ਚਾਹੁੰਦੇ ਆ। ਇਸ ਵੀਡੀਓ ਨੂੰ ਜਿੰਨਾ ਹੋ ਸਕੇ ਦੇਖ ਕੇ ਸ਼ੇਅਰ ਕਰਿਓ ਵਾਈ ਬਿਕੋਜ਼ ਇਸ ਆਰ ਐਨ ਆਈਪੀ ਪ੍ਰੋਗਰਾਮ ਦੇ ਨਾਮ ਤੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਕੰਸਲਟੈਂਟਸ ਜੋ ਹੈ ਉਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਫਰਾਡ ਕਰ ਰਹੇ ਨੇ। ਸੋ ਤੁਹਾਡਾ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਅਵੇਅਰ ਹੋਵੋਗੇ ਤਾਂ ਲੁੱਟ ਤੋਂ ਬਚ ਪਾਉਗੇ ਨਹੀਂ ਤਾਂ ਲੁੱਟੇ ਜਾਓਗੇ। ਸੋ ਵੀਡੀਓ ਤੋਂ ਸ਼ੁਰ ਦੇਖੋ ਤੇ ਸ਼ੇਅਰ ਕਰੋ ਮਿਹਰਬਾਨੀ ਤੋਂ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਆਰ ਐਨ ਆਈ ਪੀ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਬਾਰੇ ਜਿਹਨਾਂ ਜਿਸ ਪ੍ਰੋਗਰਾਮ ਦੇ ਤਹਿਤ ਹੁਣ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁਣ ਲੁੱਟ ਮਚਣ ਜਾ ਰਹੀ ਆ ਆਨ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖ ਲਿਓ ਇਹ ਪ੍ਰੋਗਰਾਮ ਤੁਹਾਨੂੰ ਹਰ ਕੰਸਲਟੈਂਟ ਵਿੱਚ ਆ ਕਰੂਗਾ ਔਰ ਇਹ ਕਿਆ ਕਰੂਗਾ ਪਾਜੀ ਇਹਦੀ ਹਾਈਲਾਈਟਸ ਕੀ ਹੈਗੀਆਂ ਜੀ ਮੇਨ ਇਸ ਪ੍ਰੋਗਰਾਮ ਦੀ ਲੋ ਐਜੂਕੇਸ਼ਨ ਆਇਲਸ ਬੈਂਡ 4 ਚਾਹੀਦੇ ਪਾਜੀ ਔਰ ਕੋਈ ਐਕਸਪ੍ਰੈਸ ਸੈਂਟਰੀ ਰਿਕੁਆਇਰ ਨਹੀਂ ਹੈਗੀ ਆ ਤੁਸੀਂ ਭੋਲੇ ਪਾਲੇ ਲੋਕਾਂ ਨੇ ਇਸ ਚੱਕਰ ਚ ਫਸ ਜਾਣਾ ਇਸ ਕਰਕੇ ਵੀਡੀਓ ਦੋਸਤੋ ਬਣਾ ਰਿਹਾ ਪਹਿਲੇ ਹੀ ਤੁਹਾਡੇ ਅਵੇਰਨੈਸ ਨੂੰ ਵਾਇਰਲ ਕਰ ਦਿਓ ਤਾਂ ਕਿ ਹਰ ਬੰਦਾ ਜਿਹੜਾ ਹੈਗਾ ਇਸ ਵੀਡੀਓ ਨੂੰ ਦੇਖ ਕੇ ਸਮਝ ਜਾਵੇ ਕਿ ਆਰ ਐਨ ਆਈ ਪੀ ਕੀ ਚੀਜ਼ ਹੈਗੀ ਆ ਇਹ ਸਾਡੇ ਵਾਸਤੇ ਪੰਜਾਬੀਆਂ ਲਈ ਹੈਗੀ ਆ ਕਿ ਨਹੀਂ ਹੈਗੀ ਆ ਕਿਉਂਕਿ ਬਹੁਤ ਲੋਕਾਂ ਦੀ ਕਾਲ ਆਈ ਸੀਗੀ ਡਿਮਾਂਡ ਆਈ ਸੀ ਕਿ ਸਾਰੇ ਇਸ ਵੀਡੀਓ ਤੇ ਥੋੜਾ ਚੰਨਣਾ ਪਾਓ ਬਿਕਾਜ਼ YouTube ਤੇ ਵੀ ਅੱਜਕੱਲ੍ਹ ਲੋਕੀ ਬਹੁਤ ਫਰੌਡ ਕਰਨ ਲੱਗ ਗਏ ਆ ਵੀਡੀਓ ਪਾ ਕੇ ਹਲਕੀ ਜੀ ਤਾਂ ਕਿ ਉਹਨਾਂ ਨੂੰ ਫੋਨ ਆ ਜਾਵੇ ਫੋਨ ਆਨ ਦੇ ਨਾਲ ਹੀ ਉਹ ਆਪਣਾ ਸਕੈਮ ਸ਼ੁਰੂ ਕਰ ਦਿੰਦੇ ਸੋ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਪਾਇਲਟ ਪ੍ਰੋਗਰਾਮ ਹੈ ਕੈਨੇਡਾ ਨੇ ਸ਼ੁਰੂ ਕੀਤਾ ਹੋਇਆ ਦੋਸਤੋ ਰੂਰਲ ਨਾਰthern ਇਮੀਗ੍ਰੇਸ਼ਨ ਪੈਲਟ ਪ੍ਰੋਗਰਾਮ ਇਹ ਬੇਸਿਕਲੀ ਇਹ ਪ੍ਰੋਗਰਾਮ ਕਮਿਊਨਿਟੀ ਡਰਾਈਵਨ ਪ੍ਰੋਗਰਾਮ ਹੁਣ ਕਮਿਊਨਿਟੀ ਡਰਾਈਵਨ ਪ੍ਰੋਗਰਾਮ ਦਾ ਮਤਲਬ ਇਹ ਹੁੰਦਾ ਆ ਕਿ ਜਿਹੜੇ ਕੈਨੇਡਾ ਦੇ ਵਿੱਚ ਕੁਝ ਕਮਿਊਨਿਟੀਆਂ ਹੈਗੀਆਂ ਬਣੀਆਂ ਹੋਇਆ ਛੋਟੀਆਂ-ਛੋਟੀਆਂ ਉਹਨਾਂ ਇਲਾਕਿਆਂ ਨੇ ਇਹ ਪ੍ਰੋਗਰਾਮ ਬਣਾਇਆ ਹੋਇਆ ਹੈਗਾ ਬੇਸਿਕਲੀ ਉਹਨਾਂ ਨੂੰ ਕਾਫੀ ਰਾਈਟਸ ਦਿੱਤੇ ਗਏ ਆ ਕਿ ਤੁਸੀਂ ਕਿਹੜੇ ਪਰਸਨ ਨੂੰ ਚੂਜ਼ ਕਰ ਸਕਦੇ ਹੋ ਕਿਸ ਤਰ੍ਹਾਂ ਉਹਨੂੰ ਪੀਆਰ ਵਾਸਤੇ ਰეკਮੈਂਡ ਕਰ ਸਕਦੇ ਹੋ ਆਈਆਰਸੀਸੀ ਨੂੰ ਐਂਡ ਕਾਫੀ ਪਾਵਰਸ ਦਿੱਤੀਆਂ ਗਈਆਂ ਕਮਿਊਨਿਟੀਆਂ ਠੀਕ ਹੈ ਸੋ ਇੱਕ ਧਿਆਨ ਰਵੇਗੀ ਇਹ ਪ੍ਰੋਗਰਾਮ ਕਮਿਊਨਿਟੀ ਡਰਾਈਵਨ ਪ੍ਰੋਗਰਾਮ ਹੈ ਕੈਨੇਡਾ ਤੋਂ ਹੀ ਜਿਆਦਾ ਵਰਕ ਆਊਟ ਹੋਏਗਾ ਓਕੇ ਸੋ ਅੱਗੇ ਚੱਲਦੇ ਹਾਂ ਦੋਸਤੋ ਪਹਿਲਾਂ ਪ੍ਰੋਸੈਸ ਨੂੰ ਸਮਝੀਏ ਪ੍ਰੋਸੈਸ ਹੈ ਕੀ ਇਹਦੇ ਵਿੱਚ ਇਹ ਚਾਰ ਸਟੈਪਸ ਹੈਗੇ ਬੇਸਿਕਲੀ ਪਹਿਲਾ ਸਟੈਪ ਹੈ ਚੈੱਕ ਥੈਟ ਯੂ ਮੀਟ ਬੋਥ ਤੁਸੀਂ ਦੋਨੋਂ ਚੀਜ਼ਾਂ ਦੀ ਰਿਕੁਆਇਰਮੈਂਟ ਪੂਰੀ ਕਰਦੇ ਹੋਵੋ ਫਸਟ ਆਫ ਆਲ ਆਈਆਰਸੀਸੀ ਐਲੀਜੀਬਿਲਟੀ ਰਿਕੁਆਇਰਮੈਂਟ ਦੂਸਰੀ community specific requirement ਜਿਹੜੀ ਵੀ ਤੁਸੀਂ ਕਮਿਊਨਿਟੀ ਜਾਣਾ ਚਾਹੁੰਦੇ ਹੋ ਉਸ ਕਮਿਊਨਿਟੀ ਦੀ ਜੋ ਰਿਕੁਆਇਰਮੈਂਟ ਹੈਗੀ ਕੀ ਤੁਸੀਂ ਪੂਰੀ ਕਰ ਰਹੇ ਹੋ ਐਟ ਦ ਸੇਮ ਪੁਆਇੰਟ ਆਫ ਟਾਈਮ ਤੁਸੀਂ IRCC ਦੀ एलिजिਬਿਲਟੀ ਰਿਕੁਆਇਰਮੈਂਟ ਵੀ ਪੂਰੀ ਕਰਦੇ ਹੋ ਕਿ ਨਹੀਂ ਕਰਦੇ ਹੋ ਫਸਟ ਇਹ ਹੋ ਗਿਆ ਸੈਕੰਡ एलिजिਬਲ ਜੌਬ ਤੁਹਾਨੂੰ ਚਾਹੀਦੀ ਹੈਗੀ ਦੋਸਤੋ ਅਗੇਨ ਆ ਗਈ ਨਾ ਜੌਬ ਆਫਰ ਜਿੱਥੇ ਜੌਬ ਆਫਰ ਆ ਗਈ ਸਮਝੋ ਕਿ ਮੋਟਾ ਟੀਕਾ ਲੱਗੇਗਾ ਸੋ एलिजिਬਲ ਜੌਬ ਆਫਰ ਆ ਗਈ ਵਿਦਨ ਏ ਇੰਪਲੋਇਰ ਇਨ ਵਨ ਆਫ ਦਾ ਪਾਰਟਿਸਿਪੇਟਿੰਗ ਕਮਿਊਨिटीज ਥਰਡ ਆ ਗਿਆ ਤਦ ਕੋ ਜਵਾਬ ਫਰ ਆ ਗਈ ਦੈਨ ਤੁਸੀਂ ਸਬਮਿਟ ਕਰੋ ਆਪਣੀ ਐਪਲੀਕੇਸ਼ਨ ਫॉर द ਰਿਕਮੈਂਡੇਸ਼ਨ ਟੂ ਦਾ ਕਮਿਊਨਿਟੀ ਤੁਸੀਂ ਆਪਣੀ ਐਪਲੀਕੇਸ਼ਨ ਕਮਿਊਨਿਟੀ ਨੂੰ ਪਾਉਂਗੇ ਜੇ ਕਮਿਊਨਿਟੀ ਨੂੰ ਲੱਗਾ ਓਕੇ ਡਨ ਫੇਕ ਕਮਿਊਨਿਟੀ ਰਿਕਮੈਂਡ ਕਰੂਗੀ ਤੁਹਾਨੂੰ ਅਪਲਾਈ ਫॉर ਪੀਆਰ ਵਾਸਤੇ ਆ ਗਈ ਸਮਝ ਹੁਣ ਇਸ ਪ੍ਰੋਸੈਸ ਤੇ ਦੋਸਤੋ ਅੱਗੇ ਜਾ ਕੇ ਇਹ ਹਲਕੇ ਚਾਰ ਸਟੈਪ ਦੱਸੇ ਆ ਬਟੇ ਚਾਰ ਸਟੈਪ ਇਸ ਤਰ੍ਹਾਂ ਹੈ ਨਹੀਂ ਬਹੁਤ ਡੁੰਗਾਈ ਚ ਹੈਗੇ ਆ ਜਿਹਦੇ ਵਿੱਚ ਮੈਨੂੰ ਲੱਗਦਾ ਕੋਈ ਪੰਜਾਬੀ ਫਾਲ ਕਰਦਾ ਆ ਔਰ ਜੇ ਕੋਈ ਬਾਹਰ ਗੱਲ ਕਰੇਗਾ ਤਾਂ ਉਹ ਬੰਦਾ ਉਹਨੂੰ ਜ਼ਿਆਦਾ ਪੈਸੇ ਲਏਗਾ ਸੋ ਇਸ ਕਰਕੇ ਤਾਂ ਸਮਝਣਾ ਬਹੁਤ ਜ਼ਰੂਰੀ ਆ ਅੱਗੇ ਚਲਦੇ ਪਾਰਟਿਸਿਪੇਟਿਵ ਕਮਿਊਨਿਟੀਆਂ ਇਹਦੇ ਵਿੱਚ ਕੌਣ ਕੌਣ ਹੈਗੇ ਆ ਕਿਹੜੀ ਕਮਿਊਨਿਟੀਆਂ ਪਾਰਟਿਸਿਪੇਟ ਕਰ ਰਹੀਆਂ ਆ ਸੋ ਦੋਸਤੋ 온ਟਾਰੀਓ ਦੀ ਕੁਝ ਕਮਿਊਨਿਟੀਆਂ ਹੈਗੀਆਂ ਜਿੱਦਾਂ ਕੀ ਆ ਲਿਖੀਆਂ ਹੋਈਆਂ ਸਾਰੀਆਂ ਥੰਡਰਬੇ ਹੋਗੀ ਬ੍ਰੈਂਡਨ ਬ੍ਰੈਂਡਨ ਹੋਗੀ ਮੈਂਟੋਬਾ ਦੀ ਉਸ ਤੋਂ ਬਾਅਦ ਐਲਟੋਨਾ ਹੋਗੀ ਮੈਂਟੋਬਾ ਦੀ ਸਸਕਾਚਵਨ ਦੀ ਹੈਗੀ ਮੂਸ ਜੋ ਅਲਬਰਟਾ ਦੀ ਹੈਗੀ ਚੈਸਹੋਲਮ ਉਸ ਤੋਂ ਬਾਅਦ ਹੈਗੀ ਬ੍ਰਿਟਿਸ਼ ਕੋਲੰਬੀਆ ਦੀ ਵੈਨੋ ਐਂਡ ਇੱਕ ਹੋਰ ਹੈਗੀ ਬ੍ਰਿਟਿਸ਼ ਕੋਲੰਬੀਆ ਦੈਟ ਇਜ਼ ਵੈਸਟ ਕੂਟਨੇ ਹੁਣ ਹੂ ਕੈਨ ਅਪਲਾਈ ਅਪਲਾਈ ਕੌਣ ਕਰ ਸਕਦਾ ਦੋਸਤੋ ਪਹਿਲੀ ਗੱਲ ਜਿਹੜਾ ਬੰਦਾ ਆਈਆਰਸੀਸੀ ਦੀ ਐਲੀਜੀਬਿਲਟੀ ਰਿਕੁਆਇਰਮੈਂਟ ਪੂਰੀ ਕਰਦਾ ਆ ਔਰ ਕੋ ਕੋ ਵਰਕ ਐਕਸਪੀਰੀਅੰਸ ਹੋਵੇ ਉਸੇ ਫੀਲਡ ਦੇ ਵਿੱਚ ਔਰ ਲੈਂਗੁਏਜ ਰਿਕੁਆਇਰਮੈਂਟ ਔਰ ਐਜੂਕੇਸ਼ਨ ਰਿਕੁਆਇਰਮੈਂਟ ਔਰ ਇਨਫ ਮਨੀ ਹੋਣ ਔਰ ਇੰਟੈਂਟ ਟੂ ਲਿਵ ਇਨ ਕਮਿਊਨਿਟੀ ਔਰ ਕਮਿਊਨਿਟੀ ਸਪੈਸੀਫਿਕ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਦਾ ਹੋਵੇ ਇਕੱਲੇ ਇਕੱਲੇ ਪੁਆਇੰਟ ਤੇ ਅੱਗੇ ਗੱਲ ਕਰਦੇ ਹਾਂ ਹੁਣ ਸਭ ਤੋਂ ਪਹਿਲੀ ਗੱਲ ਆ ਗਈ ਜੀ ਵਰਕ ਐਕਸਪੀਰੀਅੰਸ ਦੀ ਉਹ ਕਹਿੰਦੇ ਤੁਹਾਡੇ ਕੋਲ 1 ਸਾਲ ਦਾ ਕੰਟੀਨਿਊ ਵਰਕ ਐਕਸਪੀਰੀਅੰਸ ਚਾਹੀਦਾ ਹੈਗਾ ਯਾ ਪਿਛਲੇ 3 ਸਾਲ ਦੇ ਵਿੱਚ ਠੀਕ ਹੈ ਉਹਨੂੰ ਕਿਸ ਤਰ੍ਹਾਂ ਆਪਾਂ ਕੈਲਕੂਲੇਟ ਕਿੱਦਾਂ ਕਰਨਾ ਵਰਕ ਐਕਸਪੀਰੀਅੰਸ ਨੂੰ ਉਹ ਪ੍ਰੋਪਰ ਲਿਖਿਆ ਹੋਇਆ ਹੈ ਕਿ ਯੂ ਵਰਕਸਪੀਰੀਅੰਸ ਮਸਟ ਇਨਕਲੂਡ ਤੁਹਾਡੇ ਵਰਕਸਪੀਰੀਅੰਸ ਕੀ ਕੀ ਹੋਣਾ ਚਾਹੀਦਾ ਤੁਹਾਡੀ ਮੇਨ ਡਿਊਟੀਆਂ ਵਗੈਰਾ ਸਾਰੇ ਕੁਝ ਲਿਖਿਆ ਹੋਣਾ ਚਾਹੀਦੀਆਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਇਹ ਚੀਜ਼ ਐਗਜ਼ੈਂਪਟ ਹੋ ਜਾਂਦੀ ਹੈਗੀ ਆ ਪਰ ਆਪਾਂ ਉਹਤੇ ਵਿਚਾਰ ਨਹੀਂ ਕਰਾਂਗੇ ਕਿਉਂਕਿ ਆਪਾਂ ਗੱਲ ਇੰਡੀਆ ਤੋਂ ਕਰਦੇ ਪਏ ਆ ਲੈਂਗੁਏਜ ਰਿਕੁਆਇਰਮੈਂਟ ਦੋਸਤੋ ਇਹਦੇ ਵਿੱਚ ਇਸ ਤਰ੍ਹਾਂ ਅਗਰ ਤੁਸੀਂ ਜੌਬ ਕੈਟੇਗਰੀ ਤੁਹਾਡੀ 0 ਹੈਗੀ ਐਨਓਸੀ 0 ਕੈਟੇਗਰੀ ਤੁਹਾਡੀ ਜੌਬ ਦੀ ਹੈਗੀ ਆ ਐਂਡ ਇਹ ਤਾਂ ਤੁਹਾਨੂੰ ਸੀਐਲਬੀ 6 ਚਾਹੀਦਾ ਹੈ ਅਗਰ ਤੁਹਾਡੀ ਜੌਬ ਕੈਟਾਗਰੀ ਐਨਓਸੀ ਬੀ ਆ ਤਾਂ ਸੀਐਲਬੀ ਲੈਵਲ 5 ਚ ਦਾ ਲਾਈਕ ਘੱਟ ਪੈਣ ਚਾਹੀਦੇ ਆ ਔਰ ਅਗਰ ਤੁਹਾਡਾ ਐਨਓਸੀ ਕੈਟਾਗਰੀ ਸੀ ਤੇ ਡੀ ਹੈ ਤਾਂ ਤੁਹਾਨੂੰ ਸੀਐਲਬੀ 4 ਲੈਵਲ ਚਾਹੀਦਾ ਹੁਣ ਜਿਹੜੇ ਕੰਸਲਟੈਂਟਸ ਹੈਗੇ ਨਾ ਉਹਨਾਂ ਨੇ ਐਨਓਸੀ ਸੀ ਤੇ ਡੀ ਕੈਟਾਗਰੀ ਵਾਲਿਆਂ ਨੂੰ ਫੜਨਾ ਹੈ ਜਿਹੜੇ ਵਿਚਾਰੇ ਹੁੰਦੇ ਆਹਾ ਬਹੁਤ ਲੋ ਲੈਵਲ ਦੇ ਜਿਹਨਾਂ ਦੇ ਸੀ ਤੇ ਡੀ ਲੈਵਲ ਚਾਂਦੇ ਕੰਮ ਉਹਨਾਂ ਨੇ ਉਹਨਾਂ ਨੂੰ ਮਿਸ ਗਾਈਡ ਕਰਨਾ ਕਿਉਂ ਕਿ ਉਹਨਾਂ ਲੋਕਾਂ ਦੇ ਆਈਲੈਂਡ ਚ ਚਾਰ ਬੈਂਡ ਆ ਜਾਂਦੇ ਆ ਔਰ ਉਹਨਾਂ ਨੂੰ ਨੋਲਿਜ ਘੱਟ ਹੁੰਦੀ ਇਸ ਚੀਜ਼ ਬਾਰੇ ਉਹਨਾਂ ਨੇ ਕਹਿਣਾ ਸਰ ਤੁਹਾਡਾ ਇਹਦੇ ਚ ਹੋ ਸਕਦਾ ਆਰਐ ਪਰ ਤੁਸੀਂ ਫਸਣਾ ਨਹੀਂ ਹੈ ਤੁਹਾਨੂੰ ਮੈਂ ਦੱਸਣ ਲੱਗਾ ਤਾਂ ਇਸੇ ਕਰਕੇ ਅੱਗੇ ਅਜੋ ਜੀ ਐਜੂਕੇਸ਼ਨ ਰਿਕੁਆਇਰਮੈਂਟ ਤੁਹਾਡੇ ਕੋਲ ਯੂ ਮਸਟ ਹੈਵ ਵਨ ਆਫ ਫੋਲੋਇੰਗ ਕੋਈ ਵੀ ਲਾਈਕ ਪਲੱਸ 2 ਹੋਵੇ ਘੱਟੋ ਘੱਟ ਜਾਂ ਉਸ ਤੋਂ ਉੱਪਰ ਡਿਪਲੋਮਾ ਹੈਗਾ ਜਾਂ ਪੋਸਟ ਗ੍ਰੈਜੂਏਟ ਉਹਦੇ ਤੋਂ ਅੱਗੇ ਪੁਆਇੰਟ ਮਿਲੂਗਾ ਇਸ ਲਈ ਉਹ ਆਪਾਂ ਡਿਸਕਸ ਕਰਦੇ ਆਂ ਸੈਟਲਮੈਂਟ ਫੰਡ ਇਹ ਵੀ ਛੱਡ ਦਿਓ ਇਹ ਵੀ ਤੱਕ ਹੋ ਜਾਊਗੇ ਫੰਡ ਵੀ ਹੋ ਜਾਊਗੇ ਆਈਲੈਟਸ ਵੀ ਹੋ ਜਾਊਗੀ ਵਰਕ ਐਕਸਪੀਰੀਅੰਸ ਵੀ ਹੋ ਜਾਊਗਾ ਪ੍ਰੋਬਲਮ ਕਿੱਥੇ ਆਂਦੀ ਹੈਗੀ ਦੋਸਤੋ ਅੱਗੇ ਜਾ ਕੇ ਕਮਿਊਨਿਟੀ ਸਪੈਸੀਫਿਕ ਰਿਕੁਆਇਰਮੈਂਟਸ ਦੀ ਹ ਪਹਿਲਾਂ ਤਾਂ ਕਮਿਊਨਿਟੀ ਦੀ ਵੈਬਸਾਈਟਸ ਦੇਖ ਲਓ ਕਿਹੜੀ-ਕਿਹੜੀ ਹੈਗੀ ਆ ਨਾਰਥਵੇ ਦੀ ਹਲੇ ਕਮਿੰਗ ਸੂਨ ਦਾ ਸਦਬਰੀ ਦੀ ਆਹ ਆ ਇਨਵੈਸਟ ਸਦਬਰੀ.co.in ਇਹ ਚ ਜਾ ਕੇ ਪ੍ਰੋਪਰ ਵੈਬਸਾਈਟ ਖੰਗਾਲ ਸਕਦੇ ਹੋ ਤੁਹਾਨੂੰ ਪ੍ਰੋਪਰ ਸਾਰੀ ਨੋਲਿਜ ਮਿਲ ਸਕਦੀ ਹੈਗੀ ਆ ਇਹ ਸਾਰੀ ਵੈਬਸਾਈਟਸ ਹੈਗੀਆਂ ਹੁਣ ਫਾਈਂਡ ਅ ਜੌਬ ਐਜ਼ ਅ ਕੈਂਡੀਡੇਟ ਯੂ ਮਸਟ ਹੈਵ ਅਕੋਇਕ ਜੈਨੂਨ ਜੌਬ ਆਫਰ ਚਾਹੀਦੀ ਹੈਗੀ ਆ ਹੁਣ ਜੌਬ ਆਫਰ ਦੀ ਰਿਕੁਆਇਰਮੈਂਟ ਕੀ ਆ ਕਿ ਉਹ ਫੁੱਲ ਟਾਈਮ ਹੋਵੇ ਨੌਨ ਸੀਜ਼ਨਲ ਹੋਵੇ ਔਰ ਪਰਮਨੈਂਟ ਹੋਵੇ ਚਲੋ ਇਹ ਵੀ ਹੋ ਜਾਊਗੀ ਅੱਗੇ ਸਕਿੱਲ ਲੈਵਲ ਆ ਕੀ ਲੈਵਲ ਲਾਈਕ ਹੋਵੇ ਐਨਓਸੀ 0 ਜਾਂ ਏ ਬੀ ਸੀ ਡੀ ਜੌਬ ਆਫਰ ਜਿਹੜੀ ਹੈਗੀ ਉਹ ਸਕਿੱਲ ਲੈਵਲ ਦੇ ਆਲਮੋਸਟ ਸੇਮ ਹੋਵੇ ਚਲੋ ਇਹ ਵੀ ਹੋ ਜਾਊਗੀ ਹੁਣ ਗੱਲ ਕਰਦੇ ਆ ਦੋਸਤੋ ਆਪਾਂ ਕਮਿਊਨਿਟੀ ਰਿਕੁਆਇਰਮੈਂਟ ਦੀ ਰਿਕੁਆਇਰਮੈਂਟ ਹੈਗੀ ਇਸ ਚੀਜ਼ ਤੋਂ ਬੜੇ ਧਿਆਨ ਨਾਲ ਸੁਣੀਓ ਹਰ ਇੱਕ ਕਮਿਊਨਿਟੀ ਨੇ ਆਪਣਾ ਇੱਕ ਰਿਕਮੈਂਡੇਸ਼ਨ ਪ੍ਰੋਸੈਸ ਚਲਾਇਆ ਹੋਇਆ ਹੈ ਠੀਕ ਹੈ ਜਿਸ ਉਹ ਦੱਸ ਦਿਆ ਕਿ ਕਿਸ ਤਰੀਕੇ ਦਾ ਪ੍ਰੋਸੈਸ ਵਰਕ ਕਰੇਗਾ ਤੁਸੀਂ ਕੀ ਕੀ ਡਾਕੂਮੈਂਟਸ ਨਾਲ ਅਪਲਾਈ ਕਰਨਾ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਲੈਣਾ ਹੈਗਾ ਇਹਨਾਂ ਕਮਿਊਨਿਟੀ ਵਿੱਚੋਂ ਇੱਕ ਕਮਿਊਨਿਟੀ ਹੈਗੀ ਆ ਸੌਲ ਸੈਂ ਇਦੇ ਵਿੱਚ ਉਹਨੇ ਕੀ ਕੀਤਾ ਹੋਇਆ ਤੁਸੀਂ ਇਹ ਵੈਬਸਾਈਟ ਖੋਲੋਗੇ ਅਗਰ ਤਾਂ ਉਹਨੇ ਕਿਹਾ ਹੈ ਕਿ ਤੁਹਾਡੇ 70 ਪੁਆਇੰਟਸ ਬਣਨੇ ਚਾਹੀਦੇ ਹੈਗੇ ਆ ਸਭ ਤੋਂ ਪਹਿਲਾ ਪੁਆਇੰਟ ਕਿਹੜਾ ਹੈਗਾ ਜੌਬ ਆਫਰ ਇਨ ਪ੍ਰਾਇਓਰਟੀ ਐਨਓਸੀ ਗਰੁੱਪ ਹੁਣ ਉਹਨਾਂ ਨੇ ਕੁਝ ਐਨਓਸੀ ਗਰੁੱਪਸ ਚੁਣੇ ਹੋਏ ਆ ਕਿ ਇਹਨਾਂ ਐਨਓਸੀ ਦੇ ਵਿੱਚ ਤੁਹਾਡੀ ਜੌਬ ਆਉਣੀ ਚਾਹੀਦੀ ਆ ਪ੍ਰੋਫੈਸ਼ਨਲ ਓਕਿਊਪੇਸ਼ਨ ਇਜ਼ ਬਿਜ਼ਨਸ ਐਂਡ ਫਾਈਨਾਂਸ ਹੋ ਗਈ ਨਰਸਿੰਗ ਹੋ ਗਈ ਹੈਲਥ ਹੋ ਗਈ ਲੇਬਰ ਹੁਣ ਜਦੋਂ ਤੁਹਾਡੇ ਕੋਲ ਇਹ ਤੁਸੀਂ ਦੇਖਿਆ ਕਿ ਹਾਂ ਵੀ ਮੇਰਾ ਕੰਮ ਵਿੱਚ ਹੈਗਾ ਆ ਪਰ ਤੁਹਾਡੇ ਕੋਲ ਉਸ ਕਮਿਊਨਿਟੀ ਤੋਂ ਇੱਕ ਪ੍ਰੋਪਰ ਕਿਸੇ EMPLOYER ਦੀ ਜੌਬ ਆਫਰ ਵੀ ਆਣੀ ਚਾਹੀਦੀ ਹੈ ਕਿਹੜੀ ਕੈਟਾਗਰੀ ਚ ਜਿਹੜੇ ਕੰਮ ਲਿਖੇ ਹੋਏ ਇਹਨਾਂ ਕੈਟਾਗਰੀ ਚ ਕੋਈ ਨਾ ਕੋਈ ਇੱਕ ਹੋਵੇ ਤਾਂ ਤੁਹਾਨੂੰ ਮਿਲੂਗੇ 55 ਪੁਆਇੰਟਸ ਓਕੇ ਇਹ ਤਾਂ ਗੱਲ ਤਾਂ ਸੀ ਨਹੀਂ ਕਿਸੇ ਕੰਸਲਟੈਂਟ ਨੇ ਨਾ ਦੱਸਣੀ ਹੈਗੀ ਆ ਠੀਕ ਹੈ ਕੋਈ ਸਭ ਨੂੰ ਪਿਆਰੇ ਕੀ ਆ ਪੈਸੇ ਦੈਟਸ ਇਟ ਸੋ ਅੱਗੇ ਸੁਣੋ ਹੁਣ ਏਜ ਦੇ ਕਿੰਨੇ ਪੁਆਇੰਟ ਆ ਜੀ 18 ਤੋਂ 36 ਆ ਤਾਂ 6 ਪੁਆਇੰਟ ਆ ਓਕੇ ਪ੍ਰੀਵੀਅਸ ਵਰਕ ਐਕਸਪੀਰੀਅੰਸ ਇਹ ਵਰਕ ਐਕਸਪੀਰੀਅੰਸ ਵੀ ਸੁਣ ਲਓ ਤੁਹਾਨੂੰ ਉਸੇ ਜੇ ਤੁਸੀਂ ਜੌਬ ਨੂੰ ਕਲੇਮ ਕਰਦੇ ਪਈਆਂ ਉਹਦੇ ਰਿਗਾਰਡਿੰਗ ਹੀ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਪਿਛਲੇ 3 ਸਾਲ ਦੇ ਵਿੱਚ 2 ਸਾਲ ਦਾ ਹੈ ਤਾਂ 2 ਪੁਆਇੰਟ ਆ 3 ਸਾਲ ਦਾ 4 ਪੁਆਇੰਟ ਆ 4 ਸਾਲ ਦਾ 6 ਪੁਆਇੰਟ 5 ਸਾਲ ਦਾ 8 ਪੁਆਇੰਟ 6 ਸਾਲ ਪਲੱਸ ਦਾ 10 ਪੁਆਇੰਟ ਆ ਓਕੇ ਅੱਗੇ ਚੱਲਦੇ ਸਟੱਡੀ ਸਟੱਡੀ ਪੋਸਟ ਸਕੈਂਡਰੀ ਐਜੂਕੇਸ਼ਨ ਹੋਣੀ ਚਾਹੀਦੀ ਹੈਗੀ ਪੁਰਾਣੀ ਇਹ ਤਾਂ ਹੋ ਜਾਊਗੀ ਇਹਦੇ ਅਲੱਗ ਪੁਆਇੰਟਸ ਹੈਗੇ ਆ ਸੋ ਬੇਸਿਕਲੀ ਜੋ ਨਿਚੋੜ ਦੋਸਤੋ ਕੱਢਿਆ ਹੋਇਆ ਹੈ ਥੈਟ ਇਜ਼ ਇਸ ਪ੍ਰੋਗਰਾਮ ਦਾ ਹੈਗਾ ਸਾਰੀ ਗੱਲ ਆ ਕੇ ਰੁਕ ਜਾਂਦੀ ਹੈਗੀ ਆ ਜੌਬ ਆਫਰ ਤੇ ਸੋ ਤੋ ਜੌਬ ਆਫਰ ਅਗਰ ਹੈਗੀ ਆ ਤਸ ਤੁਸੀਂ ਆਪਣੇ ਪੁਆਇੰਟਸ ਹੀ ਬਣਾਣੇ ਆ ਪ੍ਰੋਪਰ ਉਸ ਕਮਿਊਨਿਟੀ ਚ ਜਾ ਕੇ ਹੁਣ ਤਰ ਕੋ ਕੰਸਲਟੈਂਟ ਨੇ ਕੀ ਕਹਿਣਾ ਹੈ ਕਿ ਸਰ ਮੇਰੇ ਕੋਲ ਉੱਥੇ ਦੀ ਜੌਬ ਆਫਰ ਮੈਂ ਮੰਗਵਾ ਦੂੰਗਾ ਤੇ ਫਿਰ ਤੁਹਾਡੇ ਦਾ ਕੰਮ ਬਣ ਜਾਊਗਾ ਤੇ ਤੁਹਾਨੂੰ ਤੁਸੀਂ ਉਸ ਤੁਸੀਂ ਕਹਿਣਾ ਸਰ ਸਾਨੂੰ ਦੱਸੋ ਤੁਸੀਂ ਕਿਹੜੇ ਕਮਿਊਨਿਟੀ ਤੋਂ ਮੰਗਵਾ ਕੇ ਦੋਗੇ ਉਸ ਕਮਿਊਨਿਟੀ ਤੇ ਜਾਓ ਉਸ ਕਮਿਊਨਿਟੀ ਤੇ ਜਾ ਕੇ ਪ੍ਰੋਪਰ ਸਰਚ ਆਊਟ ਕਰੋ ਕਿ ਪੁਆਇੰਟ ਸਿਸਟਮ ਕਿੰਨੇ ਬੰਦੇ ਆ ਤੁਹਾਡਾ ਪ੍ਰੋਫੈਸ਼ਨ ਜੋ ਹੈਗਾ ਆ ਜਿਹੜਾ ਉੱਥੇ ਡਿਮਾਂਡ ਚ ਹੈ ਕਿ ਨਹੀਂ ਹੈ ਕੱਲੀ ਕੱਲੀ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਵੈਬਸਾਈਟਸ ਅਵੇਲੇਬਲ ਹੈਗੀਆਂ ਜਾਂ ਮੈਂ ਇਸੇ ਕਰਕੇ ਵਰਕਿੰਗ ਕੀਤੀ ਹੈ ਕਿ ਤੁਸੀਂ ਕਿਤੇ ਕਿਸੇ ਫਰਾਡੀਏ ਕੰਸਲਟੈਂਟ ਦੇ ਸ਼ਿਕਾਰ ਨਾ ਬਣ ਜਾਓ ਬਿਕੋਜ਼ ਅੱਜ ਕੱਲ YouTube ਤੇ ਵੀ ਜਿਹੜੇ ਹੈਗੇ ਆ ਕੁਝ ਚੈਨਲਸ ਤੋਂ ਕਹਿੰਦੇ ਖੋਲੇ ਹੋਏ ਆ ਜਸਟ ਕਿ ਹਾਂ ਵੀ ਬੰਦੇ ਦਾ ਕੰਟੈਕਟ ਨੰਬਰ ਆ ਜਾਵੇ ਐਂਡ ਉਹਦਾ ਉਸ ਤੋਂ ਬਾਅਦ ਕਿਸ ਨਾ ਕਿਸ ਜਗ੍ਹਾ ਨੂੰ ਫਸਾ ਲਿਆ ਜਾਵੇ ਸੋ ਪਲੀਜ਼ ਇਸ ਚੀਜ਼ ਤੋਂ ਅਵੇਅਰ ਹੋਵੋ ਇਹ ਆਰ ਐਨ ਆਈਪੀ ਪ੍ਰੋਗਰਾਮ ਦੇ ਤਹਿਤ ਤੁਸੀਂ ਨਹੀਂ ਫਸਣਾ ਹੈਗਾ ਅਗਰ ਤੁਹਾਨੂੰ ਕੋਈ ਤੁਹਾਡਾ ਰਿਲੇਟਿਵ ਬਹੁਤ ক্লোਜ਼ ਹੈਗਾ ਯਾ ਅਗਰ ਉਹ ਕਰਵਾ ਰਿਹਾ ਹੈਗਾ ਯਾ ਤਾਂ ਫਿਰ ਓਕੇ ਆ ਬਿਕੋਜ਼ ਇਟ ਇਜ਼ ਅ ਵੈਰੀ ਕੰਪਲਿਕੇਟਿਡ ਵੈਰੀ ਲੈਂਥੀ ਪ੍ਰੋਸੈਸ ਜਿਹਦੇ ਵਿੱਚ ਕਿ ਈਜ਼ੀਲੀ ਸਿਲੈਕਟ ਹੋਣਾ ਬਹੁਤ ਮੁਸ਼ਕਿਲ ਹੈ ਠੀਕ ਹੈ ਸੋ ਇਹ ਵੀਡੀਓ ਦੋਸਤੋ ਅੱਛੀ ਲੱਗੇ ਤਾਂ ਨੂੰ ਸ਼ੇਅਰ ਕਰਿਓ ਬਾਕੀ ਆਪਾਂ ਵੀਜ਼ਾ ਹੱਬ ਕਦੀ ਇਸ ਪ੍ਰੋਗਰਾਮ ਨੂੰ ਡੀਲ ਨਹੀਂ ਕਰਦਾ ਮੇਰਾ ਕੰਮ ਹੈ ਸਿਰਫ ਤੁਹਾਨੂੰ ਇਨਫੋਰਮ ਕਰਨਾ ਇਹ ਵੀਡੀਓ ਦੋਸਤੋ ਸਿਰਫ ਔਰ ਸਿਰਫ ਇਨਫੋਰਮੇਟਿਵ ਪਰਪਸ ਲਈ ਬਣਾਈ ਗਈ ਆ ਤਾਂ ਕਿ ਤੁਸੀਂ ਲੋਗ ਅਵੇਅਰ ਹੋ ਸਕੋ ਇੰਨੀ ਡੀਪ ਨੋਲੇਜ ਸਿਰਫ ਵੀਜ਼ਾ ਹਾਂ ਵੀ ਦਿੰਦਾ ਆ ਹੋਰ ਕਿਸੇ ਨੂੰ ਦੇਣੀ ਨਹੀਂ ਹੈਗੀ ਆ ਸਭ ਜਾਣੇ ਇਸ ਵੀਡੀਓ ਨੂੰ ਦੇਖ ਦੇ ਕੇ ਜਾਂ ਕਹਿ ਲੋ ਕਿ ਹੋਰ ਵੀਡੀਓਸ ਨੂੰ ਦੇਖ ਦੇ ਕੇ ਆਪਣੇ ਚੈਨਲ ਤੇ ਹਲਕੀ ਜੀ ਵੀਡੀਓ ਪਾ ਦਿੰਦੇ ਆ ਕਿ ਆ ਪ੍ਰੋਸੈਸ ਸਭ ਵਿਚਾਰੇ ਦੋ ਕੀ ਕਮਲੇ ਹੋ ਜਾਂਦੇ ਆ ਮੈਨੂੰ ਹੁਣ ਮੈਸੇਜ ਲੋਕਾਂ ਦੇ ਕਾਫੀ ਆਏ ਹੋ ਸਰ ਪਲੀਜ਼ ਆਰਐਨਆਈਪ ਦੀ ਡਿਟੇਲ ਇਨਫੋਰਮੇਸ਼ਨ ਦੱਸੋ ਸਾਨੂੰ ਸਮਝ ਨਹੀਂ ਆ ਰਹੀ ਕਾਫੀ ਚੈਨਲਸ ਤੋਂ ਦੇਖ ਚੁੱਕੇ ਹੈਗੇ ਸੋ ਨਾਉ ਥਿਸ ਇਜ਼ ਅ ਡਿਟੇਲ ਵੀਡੀਓ ਦੋਸਤੋ ਥਿਸ ਇਜ਼ ਅ ਬੇਸਿਕਲੀ ਰਿਕੁਆਇਰਮੈਂਟ ਬਟ ਤੁਸੀਂ ਇਹਦੇ ਚ ਫਸਿਓ ਨਾ ਤਾਂ ਬੈਟਰ ਹੈ ਅੱਗੇ ਤੁਹਾਡੇ ਵਿਚਾਰ ਆ ਤੁਹਾਡੀ ਆਪਣੀ ਸੋਚ ਆ ਦੋਸਤੋ ਥੈਂਕ ਯੂ ਸੋ ਮੱਚ ਦੋਸਤੋ ਇਨਾ ਪਿਆਰ ਬਖਸ਼ਣ ਲਈ ਲਵ ਯੂ ਆਲ